ਹੰਡੇਸਰਾ ਪੁਲਿਸ ਨੇ ਕੈਦਾਂ ਦੇ ਠੱਗਾਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਤੋਂ ਲੱਖਾਂ ਰੁਪਈਆ ਠੱਗ ਲੈਂਦੇ ਸੀ। ਦੱਸਿਆ ਜਾ ਰਿਹਾ ਕਿ ਦੋਨੇ ਆਪਸ ਦੇ ਵਿੱਚ ਰਿਸ਼ਤੇ ਦੇ ਵਿੱਚ ਪਤੀ ਪਤਨੀ ਨੇ ਜੋ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਕਈ ਲੋਕਾਂ ਤੋਂ ਹੁਣ ਤੱਕ ਠੱਗੀਆਂ ਕਰ ਚੁੱਕੇ ਨੇ। ਦੱਸਿਆ ਜਾ ਰਿਹਾ ਕਿ ਇਹ ਲੋਕਾਂ ਨੂੰ ਇਹ ਕਹਿ ਕੇ ਫੋਨ ਕਰਦੇ ਸੀ ਕਿ ਤੁਹਾਡੀ ਜ਼ਮੀਨ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਜੋ ਸੋਨੇ ਦਾ ਖਜ਼ਾਨਾ ਪਿਆ ਹੈ ਉਸ ਨੂੰ ਅਸੀਂ ਕੱਢਾਂਗੇ, ਸਾਨੂੰ ਆਪਣੀ ਸ਼ਕਤੀ ਦੇ ਨਾਲ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਵਿੱਚ ਸੋਨੇ ਦਾ ਖਜ਼ਾਨਾ ਹੈ। ਜਿਸ ਤੋਂ ਬਾਅਦ ਕਈ ਲੋਕ ਭੋਲੇ ਭਾਲੇ ਇਹਨਾਂ ਦੀਆਂ ਗੱਲਾਂ ਦੇ ਲਾਲਚ ਦੇ ਵਿੱਚ ਆ ਜਾਂਦੇ ਸੀ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ ਠੱਗ ਬਾਜ਼ਾਂ ਦੇ ਝਾਂਸੇ ਵਿੱਚ ਆਣ ਕੇ ਇਹਨਾਂ ਨੂੰ ਲੱਖਾਂ ਰੁਪਇਆ ਦੇ ਬੈਠਦੇ ਸੀ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਸੀ। ਤੇ ਹੁਣ ਹੰਡੇਸਰਾ ਪੁਲਿਸ ਨੇ ਦੱਸਿਆ ਜਾ ਰਿਹਾ ਇਹਨਾਂ ਨੂੰ ਮਥੁਰਾ ਤੋਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਈ ਠੱਗੀਆਂ ਹੋਈਆਂ ਨੇ, ਉਹਨਾਂ ਦੀ ਗੁੱਥੀ ਹੁਣ ਸੁਲਝਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਡੇਰਾ ਬੱਸੀ ਅਦਾਲਤ ਦੇ ਵਿੱਚ ਅੱਜ ਇਹਨਾਂ ਨੂੰ ਪੇਸ਼ ਕੀਤਾ ਹੈ, ਜਿੱਥੇ ਕਿ ਇਹਨਾਂ ਦਾ ਰਿਮਾਂਡ ਹਾਸਲ ਪੁਲਿਸ ਨੂੰ ਹੋਇਆ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਹੁਣ ਜੇਲ੍ਹ ਭੇਜਿਆ ਜਾਵੇਗਾ। ਤੁਸੀਂ ਵੀ ਸੁਣੋ ਇਹ ਪੂਰੀ ਖਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਮੈਂ ਪ੍ਰੈਸ ਰਾਹੀਂ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ, ਜਿਵੇਂ ਅੱਜ ਜ਼ਿਕਰ ਹੋਇਆ ਡੇਰਾਬੱਸੀ ਜਿਹੜਾ ਹੈਗਾ ਕੋਰਟ 'ਚ ਇੱਕ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ, ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਇੱਥੇ ਕੋਰਟ 'ਚ ਅਦਾਲਤ 'ਚ ਲਿਆਏ ਸੀ, ਜਿਹਦੇ ਨਾਲ ਠੱਗੀ ਮਾਰਨ ਵਾਲਾ, ਜਿਵੇਂ ਲੋਕਾਂ ਦੇ ਘਰਾਂ 'ਚ ਕਹਿੰਦੇ, ਲੋਕਾਂ 'ਚ ਵਿਹੜਿਆਂ 'ਚ, ਲੋਕਾਂ ਦੇ ਬਰਾਂਡਾਂ 'ਚ, ਲੋਕਾਂ ਦੇ ਘਰਾਂ 'ਚ ਕਹਿੰਦੇ ਜੀ ਸੋਨਾ ਪਿਆ ਅੰਦਰ, ਸੋਨਾ ਕੱਢ ਕੇ ਤੁਹਾਨੂੰ ਦਿਖਾਵਾਂਗੇ ਅਤੇ ਸੋਨਾ ਤੁਹਾਨੂੰ ਕੱਢ ਕੇ ਦੇਵਾਂਗੇ, ਤੁਹਾਨੂੰ ਕਰੋੜਾਂਪਤੀ ਬਣਾਵਾਂਗੇ। ਜਿਹਦੇ ਨਾਲ ਸਾਡੇ ਨਾਲ ਖੜਿਆ ਮੇਰੇ ਪਿੰਡ ਦਾ ਗੁਰਜੀਤ ਸਿੰਘ ਮੁੰਡਾ, ਗੁਰਜੀਤ ਸਿੰਘ ਅਤੇ ਮਹਿੰਦਰ ਸਿੰਘ, ਇਹਨਾਂ ਦੋਨਾਂ ਵੱਲੋਂ ਦਰਖਾਸਤ ਇੱਕ ਇਹਨਾਂ ਫਰੋਡ ਬੰਦਿਆਂ ਵੱਲੋਂ ਜਦੋਂ ਦਰਖਾਸਤ ਦਿੱਤੀ ਹੈ, ਸਾਲ ਡੇਢ ਸਾਲ ਤਕਰੀਬਨ ਲਗਭਗ ਹੋ ਗਿਆ, ਡੇਢ ਸਾਲ ਤੋਂ ਬਾਅਦ ਇਹ ਜਿਹੜੀ FIR ਦਰਜ 22/16/5/24 ਨੂੰ ਇਹ ਦਰਜ ਹੋਈ ਹੈ, ਦੋ ਦੋਸ਼ੀਆਂ ਦੇ ਖਿਲਾਫ, ਰਾਜ ਕੁਮਾਰ ਰਜਤ ਅਤੇ ਸੋਨੀਆ ਤਾਨੀਆਂ, ਅਤੇ ਇਹ ਦੋਨੋਂ ਬੰਦੇ ਜਿਹੜੇ ਹੈ ਵਿਅਕਤੀ ਆਦਮੀ ਤੀਵੀ ਮੀਆਂ ਬੀਬੀ ਨੇ, ਦੋਨੇ ਜਣੇ ਜਿਹੜੇ ਠੱਗੀਆਂ ਲੋਕਾਂ ਨਾਲ ਮਾਰਦੇ ਸੀ, ਇਹਨਾਂ ਦੋਨਾਂ ਨੂੰ ਜਿਹੜਾ ਹੈ ਕੱਲ੍ਹ ਮਥੁਰਾ ਤੋਂ ਆਪਣੀ ਪੂਰੀ ਟੀਮ ਲੈ ਕੇ ਸਾਡੇ ਸਹਿਯੋਗ ਨਾਲ, ਅਸੀਂ ਜਿਹੜੀ ਸਮਾਜ ਸੇਵੀ ਕੰਮ ਕਰਦੇ ਹਾਂ, ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਹੈ ਸਾਡਾ, ਪੰਜਾਬ ਦਾ ਪ੍ਰਧਾਨ ਹੈ ਮੈਂ, ਉਹਦੇ ਤਹਿਤ ਅਸੀਂ ਮਥੁਰਾ 'ਚ ਦੋ ਗੇੜੇ ਮਾਰੇ ਅਤੇ ਦੋ ਗੇੜਿਆਂ 'ਚ ਇਹਨਾਂ ਕੱਲ੍ਹ ਜਿਹੜੇ ਮੁਲਾਜ਼ਮਾਂ ਨੇ, ਪੁਲਿਸ ਮੁਲਾਜ਼ਮਾਂ ਨੇ, ਜਿਸ ਵਿੱਚ ਸਬ ਇੰਸਪੈਕਟਰ ਨਾਰ ਸਿੰਘ ਅਤੇ ਪਹਿਲਾਂ ਇਸ ਕੇਸ ਦੀ ਤਫਤੀਸ਼ ਜਿਹੜੀ ਹੈ ਜੀਵਨ ਸਿੰਘ ਨੇ ਕੀਤੀ, ਤਾਂ ਕਿ SHO ਜਿਹੜਾ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦੇ ਮਿਹਨਤ ਸਦਕਾ ਇਹ ਚੋਰ ਬਹੁਤ ਮੁਸ਼ਕਲ ਨਾਲ ਮਥੁਰਾ ਤੋਂ ਰਿਕਵਰ ਕੀਤੇ ਨੇ, ਅਤੇ ਉਹ ਮੇਰੇ ਵੀਰਾਂ ਨੂੰ ਜਿਹੜਾ ਇਹਨੂੰ ਮੁੰਡੇ ਨੂੰ ਨਿਆਂ ਇਨਸਾਫ ਦਿਵਾਉਣ ਲਈ, ਮਹਿੰਦਰ ਸਿੰਘ ਨੂੰ ਨਿਆਂ ਇਨਸਾਫ ਦਿਵਾਉਣ ਲਈ, ਇਹ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਵੀ ਇਹ ਲੋਕਾਂ ਦੇ ਚੋਰਾਂ ਦੇ ਬਚੋ ਅਤੇ ਇਹਨਾਂ ਚੋਰਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ, ਤਾਂ ਕਿ ਅੱਜ ਅਦਾਲਤ 'ਚ ਪੇਸ਼ ਕੀਤੇ ਹੈ। ਦੇਖੋ ਹੁਣ ਅਗਲੀ ਅਦਾਲਤ ਜੇਲ੍ਹ 'ਚ ਭੇਜਣਗੇ ਇਹਨਾਂ ਨੂੰ, ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਅਸੀਂ ਮਾਨਯੋਗ ਅਦਾਲਤ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਚੋਰਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਰਿਕਵਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਹਾਂਜੀ, ਮੁਕੱਦਮਾ ਨੰਬਰ 22/16/5/24/406/420 IPC ਜੀ, PS ਹੰਡੇਸਰਾ ਸਰ, ਇਹ ਅਰੈਸਟ ਕਰਿਆ ਜੀ ਕੱਲ੍ਹ, ਅੱਜ ਹੀ ਸਰ। ਜੁਰਮ ਇਹਨੇ ਢੋਕਰ ਜਾਇਆ ਸਰ, ਇਹਨਾਂ ਨੇ ਢੋਕਰ ਜਾ ਕੇ ਦਿਖਾਉਂਦੇ ਲੋਕਾਂ ਨੂੰ, ਲੁੱਟਦੇ ਆ ਜੀ ਇਹ। ਮੈਂ ਤੁਹਾਡੇ ਜ਼ਰੀਏ ਨਾਲ ਰਿਕੁਐਸਟ ਕਰਦਾ ਲੋਕਾਂ ਨੂੰ ਜੀ, ਵੀ ਇਹੋ ਜਿਹਾ ਕੰਮ ਇਹਨਾਂ ਤੋਂ ਬਚੋ ਲੋਕਾਂ ਦੇ। ਹਾਂਜੀ ਹਾਂਜੀ।